वाहिगुरु जी का खालसा वाहिगुरु जी की फतेह। पिछले दिनों दे विच सत्कारयोग इंग्लैंड दी सिख जथेबंदियां ने बेनती कीती है कि असी बयान सर भगत सिंह बारे वापस लईए। ये उन्हां दी जिहड़ी गल है, जद कोई संगत कट्ठी होके एक थोड़े नूं हुक्म करदी है या थोनू बेनती करदी है, किसी भी सिख नूं ओ सुननी चाहीदी है। ते मैं इस गल वास्ते धन्नवादी हाँ कि उन्होंने एक कष्ट करके सोच अपनी साढ़े ताई पहुँचाई हैगी है अखबारां राहीं, जिथे असी अपने वचन सर भगत सिंह बारे कीते हैं उहदे बारे मैं थोड़ी जी जानकारी देना चाहुंदा। जिहड़ी शहीदी मैनू पता हैगी है, जिहड़ी सोच मैं जानदा हैगा, जिहड़ी सिक्खी नाल जुड़ी हुई है, ਉੱਥੇ ਸ਼ਹੀਦ ਰੱਬ ਨੂੰ ਸਮਰਪਿਤ ਹੁੰਦਾ। ਜਿਹੜੀਆਂ ਅਰਦਾਸਾਂ ਅਸੀਂ ਗੁਰੂ ਘਰਾਂ 'ਚ ਕਰੀਦੀਆਂ ਚਰਨਾਂ 'ਚ ਨਿਵਾਸ ਬਖਸ਼ਣ ਦੀ, ਉਹ ਰੱਬ ਦੇ ਅਸੀਂ ਗੱਲ ਕਰਦੇ ਹੈਗੇ ਹਾਂ। ਜੇ ਮੈਂ ਆਪਣੇ ਸਿੱਖ ਇਤਿਹਾਸ ਦੀ ਗੱਲ ਕਰਾਂ ਤਾਂ ਜਿੱਥੇ ਗੁਰੂ ਸਾਹਿਬਾਨਾਂ ਨੇ ਭਗਤਾਂ ਨੇ ਸਾਨੂੰ ਇੱਕ ਸਧਾਰਨ ਭਾਸ਼ਾ ਪੰਜਾਬੀ ਦੇ ਵਿੱਚ ਆਪਣੀ ਬਾਣੀ ਬਖਸ਼ੀ, ਜਿਹਦੇ ਵਿੱਚ ਸ਼ੇਖ ਬਾਬਾ ਫਰੀਦ ਜੀ ਦੀ 12ਵੀਂ ਸਦੀ ਦੀ ਬਾਣੀ ਸਾਨੂੰ ਮਿਲੀ ਹੈ। ਉਸ ਤੋਂ ਬਾਅਦ ਭਗਤ ਰਵਿਦਾਸ, ਭਗਤ ਕਬੀਰ ਜੀ, ਹੋਰ ਭਗਤਾਂ ਦੀ ਬਾਣੀ ਸਾਨੂੰ ਗੁਰੂ ਸਾਹਿਬ ਦੇ ਵਿੱਚ ਮਿਲਦੀ ਹੈ। ਫਿਰ ਗੁਰੂ ਨਾਨਕ ਸਾਹਿਬ ਦੀ ਸੋਚ ਆਉਂਦੀ ਹੈਗੀ ਹੈ, ਜਿਨ੍ਹਾਂ ਨੇ ਸਾਰੇ ਕਿਤੇ ਉਦਾਸੀਆਂ ਕਰਕੇ ਰੱਬ ਦਾ ਨਾਮ ਪਚਾਰਿਆ, ਰੱਬ ਨੂੰ ਉਭਾਰਿਆ, ਰੱਬ ਦੇ ਨੌਂ ਅਧੀਨ ਕੌਮ ਨੂੰ ਖੜਾ ਹੋਣ ਨੂੰ ਬੇਨਤੀ ਕੀਤੀ। ਗੁਰੂ ਅੰਗਦ ਸਾਹਿਬ ਮਹਾਰਾਜ ਨੇ ਉਹੀ ਪੰਜਾਬੀ ਲੇਖ ਬੋਲੀ ਨੂੰ ਲੈ ਕੇ ਸੰਸਕ੍ਰਿਤ ਦੇ ਜੜ੍ਹਾਂ 'ਚੋਂ ਕੱਢ ਕੇ ਬਿਲਕੁਲ ਸਾਨੂੰ ਵੱਖਰੇ ਪੱਧਰ 'ਤੇ ਪੰਡਤਾਂ ਤੋਂ ਬਾਹਰ, ਵੇਦਾਂ ਤੋਂ ਬਾਹਰ, ਭਗਤਾਂ ਦੀ ਬਾਣੀ ਸਮੇਤ ਗੁਰੂ ਸਾਹਿਬਾਨਾਂ ਦੀ ਬਾਣੀ ਦੇ ਨਾਲ ਜੋੜਿਆ ਸੀਗਾ, ਗੁਰਮੁਖੀ ਦੀ ਲੇਖ ਸਾਨੂੰ ਦਿੱਤੀ। ਔਰ ਇਹ ਇੰਨਾ ਵਿਚਾਰਧਾਰਾ ਵੱਧਦੇ ਵੱਧਦੇ ਸਾਡੀਆਂ ਸੰਸਥਾਵਾਂ ਗੁਰੂ ਘਰ ਵਰੇ ਵਧੇ, ਜਿਹਦੇ ਵਿੱਚ ਸਾਨੂੰ ਸਿਹਤ ਬਣਾਉਣ ਵਾਸਤੇ ਅਖਾੜੇ ਗੁਰੂ ਅੰਗਦ ਸਾਹਿਬ ਨੇ ਦਿੱਤੇ, ਮਾਤਾ ਖੀਵੀ ਦਾ ਲੰਗਰ ਬਖਸ਼ਿਆ ਜਿਹੜਾ ਅਸੀਂ ਸਰੋਵਰ 'ਚ ਇਸ਼ਨਾਨ ਕਰਦੇ ਹਾਂ, ਕਿਸੇ ਜਾਤ ਪਾਤ ਲਿੰਗ ਦਾ ਕੋਈ ਫਰਕ ਨਹੀਂ ਰਹਿੰਦਾ। ਇਹ ਸਾਰੀਆਂ ਸੰਸਥਾਵਾਂ ਇੰਨੀਆਂ ਉਭਰੀਆਂ ਕਿ ਲਾਹੌਰ ਸਰਕਾਰ ਨੂੰ ਵੀ ਇਹਦੇ ਬਹੁਤ ਡਰ ਪੈ ਗਏ ਸੀਗੇ, ਜਿਸ ਕਰਕੇ ਉਹਨਾਂ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਤੱਤੇ ਤਵਿਆਂ ਤੇ ਤਸੀਹਾਂ ਨਾਲ ਮਾਰ ਕੇ ਪਹਿਲਾ ਸ਼ਹੀਦ ਸਾਡੇ ਸਿੱਖ ਕੌਮ ਦਾ ਸਾਨੂੰ ਗੁਰੂ ਅਰਜਨ ਸਾਹਿਬ ਦਿੱਤੇ। ਇਹ ਸ਼ਹੀਦ ਦਾ ਦਰਜਾ ਹੈ। ਉਸ ਤੋਂ ਉਪਰੰਤ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਧਰਮ ਅਧੀਨ ਆਪਣਾ ਸੀਸ ਦਿੱਤਾ, ਕਿਸੇ ਹੋਰ ਦਾ ਧਰਮ ਸੀ ਉਹਨਾਂ ਦਾ ਹੱਕ ਸੀਗਾ, ਪਰ ਸੀਸ ਗੁਰੂ ਸਾਹਿਬ ਨੇ ਜਦ ਗਵਾਇਆ ਉਹ ਸਾਡੇ ਲਈ ਇੱਕ ਸ਼ਹੀਦ ਬਣੇ। ਉਸ ਤੋਂ ਉਪਰੰਤ ਦਸਮ ਪਿਤਾ ਨੇ ਸਰਬੰਸ ਦਾਨ ਦਿੱਤਾ ਹੈਗਾ, ਉਹ ਸ਼ਹਾਦਤ ਅਸੀਂ ਕਬੂਲਦੇ ਹੈਗੇ ਹਾਂ। ਪੰਜ ਪਿਆਰਾਂ ਦੀ ਸ਼ਹਾਦਤ ਅਸੀਂ ਕਬੂਲਦੇ ਹਾਂ, ਭਾਈ ਮਨੀ ਸਿੰਘ ਦੀ ਸ਼ਹਾਦਤ ਅਸੀਂ ਕਬੂਲਦੇ ਹਾਂ, ਬਾਬਾ ਦੀਪ ਸਿੰਘ ਦੀ ਸ਼ਹਾਦਤ ਅਸੀਂ ਕਬੂਲਦੇ ਹਾਂ। ਇਹ ਸਾਰੇ ਗੁਰੂ ਦੇ ਨਾਂ ਤੇ, ਗੁਰੂ ਦੇ ਨਾਮ ਤੇ ਇਹਨਾਂ ਨੇ ਸ਼ਹਾਦਤਾਂ ਦਿੱਤੀਆਂ, ਜਿਸ ਕਰਕੇ ਅੱਜ ਸਾਡੇ ਗੁਰੂ ਘਰਾਂ 'ਚ, ਸਾਡੇ ਬਾਣੀ ਦੇ ਵਿੱਚ, ਅਸੀਂ ਅਰਦਾਸਾਂ ਦੇ ਵਿੱਚ ਇਹਨਾਂ ਨੂੰ ਯਾਦ ਕਰਦੇ ਹੈਗੇ ਹਾਂ। ਸਾਧ ਸੰਗਤ ਜੀ, ਜਿੱਥੇ ਸਰ ਭਗਤ ਸਿੰਘ ਆਪਣੀ ਸ਼ਹਾਦਤ ਦਿੰਦੇ ਹੈਗੇ ਹੈ, ਉਹਨਾਂ ਦੇ ਮੈਂ ਤੁਹਾਨੂੰ ਜ਼ਰੂਰ ਲੇਖਾਂ ਕੰਨੀ ਮੈਂ ਤੁਹਾਡਾ ਧਿਆਨ ਲਿਆਉਂਗਾ। ਸਰ ਭਗਤ ਸਿੰਘ ਨੇ ਆਹ ਆਪਣਾ ਬਚਨ ਲਿਖੇ ਹੈ, ਮੈਂ ਨਾਸਤਿਕ ਕਿਉਂ ਹਾਂ। ਇਹ ਸਪਸ਼ਟ ਰੂਪ 'ਚ ਆਪਣੀ ਗੱਲ ਕਰਦੇ ਹੈਗੇ ਹੈ, ਜਿਹਦੇ ਵਿੱਚ ਇਹਨਾਂ ਨੇ ਕਿਹਾ ਹੈਗਾ, ਪਰ ਤਾਂ ਵੀ ਮੈਂ ਸਿੱਖੀ ਦੇ ਮਿਥਿਹਾਸ, ਮੇਰੇ ਗੁਰੂ ਦੇ ਇਤਿਹਾਸ ਨੂੰ ਮਿਥਿਹਾਸ ਜਾਂ ਸਿਧਾਂਤ ਜਾਂ ਕਿਸੇ ਹੋਰ ਧਰਮ ਵਿੱਚ ਵਿਸ਼ਵਾਸ ਨਾ ਕਰ ਸਕਿਆ, ਪਰ ਰੱਬ ਦੀ ਹੋਂਦ ਵਿੱਚ ਮੇਰਾ ਪੱਕਾ ਵਿਸ਼ਵਾਸ ਸੀ। ਠੀਕ ਹੈ ਨਾ ਜੀ, ਪਰ ਸਾਡੇ ਸਿੱਖੀ 'ਚ ਨਹੀਂ ਸੀ, ਇਹ ਸਾਡੇ ਸਿੱਖਾਂ ਬਾਰੇ ਲਿਖਦੇ ਹੈਗੇ ਆ। ਫਿਰ ਇਹ ਕਹਿੰਦੇ ਆ ਕਿ ਜਦ ਪੂਰੀ ਤਰ੍ਹਾਂ ਨਾਸਤਿਕ ਹੋ ਗਏ ਤਾਂ ਉਹ ਆਪਣਾ ਬਿਆਨ ਕਰਦੇ ਹੈਗੇ ਆ, ਮੇਰੇ ਕਿਸੇ ਦੋਸਤ ਨੇ ਮੈਨੂੰ ਅਰਦਾਸ ਕਰਨ ਲਈ ਕਿਹਾ ਸੀ, ਜਦ ਮੈਂ ਉਸਨੂੰ ਦੱਸਿਆ ਕਿ ਮੈਂ ਤਾਂ ਨਾਸਤਿਕ ਹਾਂ, ਮੈਂ ਰੱਬ ਨੂੰ ਨਹੀਂ ਮੰਨਦਾ, ਰੱਬ ਨੂੰ ਭੰਡਦਾ, ਸਾਡੇ ਸਿੱਖ ਇਤਿਹਾਸ ਨੂੰ ਮਿਥਿਹਾਸ ਕਹਿੰਦੇ ਆ, ਤਾਂ ਉਹ ਕਹਿਣ ਲੱਗਿਆ, ਦੇਖੀ ਆਪਣੇ ਅਖੀਰੀ ਦਿਨਾਂ ਦੇ 'ਚ ਰੱਬ ਨੂੰ ਮੰਨਣ ਲੱਗ ਜਾਏਗਾ। ਮੈਂ ਅੱਗੇ ਕਿਹਾ, ਨਹੀਂ ਪਿਆਰੇ ਜਨਾਬ ਜੀ, ਇਸ ਤਰ੍ਹਾਂ ਹਰਗਿਜ਼ ਨਹੀਂ ਹੋਣ ਲੱਗਾ, ਇਸ ਕਰਨਾ ਇਹ ਇੰਜ ਕਰਨਾ ਮੇਰੇ ਲਈ ਬੜੀ ਘਟੀਆ ਤੇ ਬੇਇੱਜ਼ਤੀ ਵਾਲੀ ਗੱਲ ਹੋਵੇਗੀ, ਖੁਦਗਰਜ਼ੀ ਵਾਸਤੇ ਮੈਂ ਅਰਦਾਸ ਨਹੀਂ ਕਰਨੀ,
पाठको ते दोस्तो की ये होमे है जे ये है ता मैं इसलिए दृढ़ हां। साध संगत जी एक नास्तिक विचारधारा आपां तुसी दसो जेड़ा नाम ही साडे दरबार साहब दा हरी मंदिर साहब है हरी दा मंदिर उदे विच उस दे विरोध दी सोच आपां जे उभारांगे फिर आपां केड़े गुरु घरां दी मैनेजमेंट करांगे केड़े गुरु घर नाल असी अपने नौजवान जोड़ांगे केड़े गुरु साहब दे नाल असी अपने गुरुद्वारा दे विच अपने बच्चियां नूं प्रेरित करांगे। जाप करदे होए वाहिगुरु 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 करदे असी हरे मंदिर जांदे आं मत्था टेकदे आं उत्थे अपने बाबा दीप सिंह दी शहादत छेवें पिता दी मीरी पीरी देखदे आं उत्थे असी अपने गुरु अर्जन साहब महाराज दी शहादत नूं लैके अपने मन भरिया दा इन्नी सोहनी बाणी उन्होंने रब दे पक्ष च लिखी है ते जद अजायब घर जाके असी देखदे आं उत्थे इक बंदा जिहड़ा स्पष्ट करदा हैगा कि मैं नास्तिक हैगा ओनू आपां हुण ਉੱਥੇ ਮਾਨਤਾ ਦੇ ਰਹੇ ਹਾਂ ਫਿਰ ਇਹ ਦੋ ਸੋਚਾਂ ਦਾ ਬਿਲਕੁਲ ਟਕਰਾਅ ਨਹੀਂ ਹੈਗਾ। ਸਾਧ ਸੰਗਤ ਜੀ ਜਿਹੜੀ ਗੁਰੂ ਨਾਨਕ ਸਾਹਿਬ ਦਾ ਫਲਸਫਾ ਹੈਗਾ ਵੰਡ ਛਕੋ ਕਿਰਤ ਕਰੋ ਆਪਣਾ ਸਾਰਾ ਆਪਾਂ ਇੱਕ ਆਪਣੇ ਇਤਿਹਾਸ ਚੋਂ ਇਹੋ ਜਿਹਾ ਫਲਸਫਾ ਜਿਹੜਾ ਸੋਸ਼ਲ ਵੈਲਿਊ ਰੱਖਦਾ ਹੈ ਜਿਹੜਾ ਸੋਸ਼ਲ ਉਭਾਰਦਾ ਹੈ ਸੋਚ ਉਹਨੂੰ ਆਪਾਂ ਮੰਨ ਸਕਦੇ ਹਾਂ। ਸਾਨੂੰ ਕੀ ਜ਼ਰੂਰਤ ਹੈ ਸਾਧ ਭਗਤ ਸਿੰਘ ਦੀ ਜਿਹੜੇ ਇੱਕ ਅੰਗਰੇਜ਼ ਜਰਮਨ ਅੰਗਰੇਜ਼ ਸੋਚ ਮਾਰਕਸਵਾਦੀ ਸੋਚ ਬਾਹਰਲੀ ਸੋਚ ਦੇ ਬਰਖਿਲਾਫ ਉਹਨਾਂ ਨੇ ਇੰਨਾ ਅੰਦੋਲਨ ਕੀਤਾ ਕਹਿੰਦੇ ਕਿ ਬਾਹਰਲਿਆਂ ਨੂੰ ਬਾਹਰ ਕੱਢੋ ਬਰਤਾਨੀਆ ਨੂੰ ਬਾਹਰ ਕੱਢੋ ਫਿਰ ਉਹੀ ਬਰਤਾਨੀਆ ਚ ਪਲਿਆ ਹੋਇਆ ਮਾਰਕਸ ਦੀ ਸੋਚ ਅਸੀਂ ਆਪਣੇ ਗੁਰੂ ਘਰ ਚ ਲਿਆ ਦਈਏ ਫਿਰ ਇਹ ਸਾਡੀ ਗੁਲਾਮੀ ਨਹੀਂ ਹੋਊਗੀ। ਉਹੀ ਸੋਚ ਨੂੰ ਅਸੀਂ ਗੁਰੂ ਘਰ ਚ ਵਸਾ ਦਈਏ ਜਦ ਅਸੀਂ ਉਹੀ ਗੱਲ ਆਪਣੇ ਗੁਰੂਆਂ ਦੀ ਸੋਚ ਤੋਂ ਉੱਥੇ ਪਹੁੰਚ ਸਕਦੇ ਹਾਂ। ਜਿਹੜੇ ਮੋਰਚੇ ਦਿੱਲੀ ਚ ਲੱਗੇ ਸੀਗੇ ਉਹਦੇ ਵਿੱਚ ਲੰਗਰ ਗੁਰੂ ਕੇ ਸੀਗੇ ਉਹਦੇ ਵਿੱਚ ਸੇਵਾ ਗੁਰੂ ਦੀ ਸਿਖਾਈ ਹੋਈ ਸੀਗੀ ਅਸੀਂ ਗੁਰੂ ਦੇ ਨਾਲ ਲੱਗ ਕੇ ਕਿਉਂ ਨਹੀਂ ਆਪਣੀ ਇੱਕ ਆਜ਼ਾਦ ਸੋਚ ਅਧੀਨ ਬਸ ਸਕਦੇ ਹੈਗੇ ਹਾਂ ਕਿਉਂ ਉਹ ਮਾਰਕਸਵਾਦੀ ਲੈਨਿਨ ਸਟੈਲਿਨ ਅਨਾਰਕਿਸਟ ਸੋਚ ਦੇ ਅਧੀਨ ਸਾਨੂੰ ਚੱਲਣਾ ਪੈਣਾ ਹੈਗਾ ਨਾਸਤਿਕ ਸੋਚ ਦੇ ਅਧੀਨ ਸਾਨੂੰ ਚੱਲਣਾ ਪੈਣਾ ਹੈਗਾ। ਮੈਨੂੰ ਇਹ ਬਿਲਕੁਲ ਗੱਲ ਸਮਝ ਨਹੀਂ ਆਉਂਦੀ ਜੇ ਮੈਂ ਅੱਜ ਦੇ ਕਮਿਊਨਿਸਟ ਸਟੇਟ ਦੇਖਾਂ ਤਾਂ ਜਿਹੜਾ ਲੈਨਿਨਿਸਟ ਸਟੈਲਿਨਿਸਟ ਅਪਰੋਚ ਸੀਗਾ ਉਹਦੇ ਵਿੱਚ ਸਾਰੀ ਆਈਡੈਂਟੀ ਮਿਟਾਈ ਦੇ ਜਾਂਦੀ ਸੀਗੀ ਸਿਰਫ ਤੇ ਸਿਰਫ ਤੁਸੀਂ ਇੱਕ ਸਟੇਟ ਦੇ ਸਿਟੀਜ਼ਨ ਸੀਗੇ ਉਹਦੇ ਵਿੱਚ ਕੋਈ ਚਰਚ ਨਹੀਂ ਚੱਲਦਾ ਸੀਗਾ ਉਹਦੇ ਵਿੱਚ ਕੋਈ ਹੋਰ ਧਰਮ ਨਹੀਂ ਸੀ ਚੱਲਦਾ ਸੀਗਾ ਧਰਮ ਦੇ ਭੰਡ ਕਰਕੇ ਖਤਮ ਕਰਕੇ ਉਹਨਾਂ ਨੇ ਸਟੇਟ ਚਲਾਏ ਤੇ ਜਿੰਨੀ ਬਰਬਾਦੀ ਉਹ ਕਮਿਊਨਿਸਟ ਸਟੇਟਸ ਨੇ ਕੀਤੀ ਹੈਗੀ ਹੈ ਆਪ ਹੀ ਟੁੱਟ ਬੈਠੇ ਉਹਨਾਂ ਨੇ ਸਾਰੇ ਹੱਕ ਖੋ ਕੇ ਬੇਅੰਤ ਦੁਨੀਆਂ ਨੂੰ ਮਾਰ ਕੇ ਗੁਲੈਗਸ ਚ ਪਾ ਕੇ ਤਸੀਹੇ ਤਸ਼ੱਦਦ ਕਰਕੇ ਉਹਨਾਂ ਦੀ ਸਟੇਟ ਪੁਲਿਸ ਇੰਨੀ ਭਿਆਨਕ ਸੀਗੀ ਕਦੋਂ ਵੀ ਫੜ ਕੇ ਲੈ ਕੇ ਜਾ ਸਕਦੀ ਹੈ ਜਿਵੇਂ ਭਾਰਤ ਦੀ ਹੈਗੀ ਹੈ। ਇਹ ਸਾਰਾ ਕੰਮ ਕਮਿਊਨਿਸਟ ਆਈਡੀਓਲੋਜੀ ਨੇ ਕੀਤਾ। ਅੱਜ ਵੀ ਚਾਈਨਾ ਦੇ ਵਿੱਚ ਤੁਸੀਂ ਦੇਖੋ ਜਿਹੜੇ ਵੀਗਰ ਹੈ ਉਹਨਾਂ ਦੀ ਬੋਲੀ ਉਹਨਾਂ ਦਾ ਧਰਮ ਉਹਨਾਂ ਦਾ ਸਾਰਾ ਕਲਚਰ ਖਤਮ ਕਰਕੇ ਚਾਈਨਾ ਅੱਜ ਉਹਨਾਂ ਨੂੰ ਹਾਨ ਚਾਈਨੀਜ਼ ਬਣਾਉਣ ਤੇ ਤੁਲਿਆ ਹੋਇਆ ਉਹਨਾਂ ਦੇ ਟ੍ਰੇਨਿੰਗ ਕੈਂਪ ਲਾਉਂਦਾ ਉਹਦੇ ਵਿੱਚ ਵੜਦਾ ਹੈ ਤੇ ਸਾਧ ਸੰਗਤ ਜੀ ਇਹੀ ਸੋਚ ਸਰ ਭਗਤ ਸਿੰਘ ਦੀ ਸੀਗੀ ਕਿ ਇੱਥੇ ਦੇਵਨਗਰੀ ਸਕ੍ਰਿਪਟ ਲਾਗੂ ਕੀਤੀ ਜਾਏ ਜਿਹਦੇ ਵਿੱਚੋਂ ਸਾਨੂੰ ਗੁਰੂ ਅੰਗਦ ਸਾਹਿਬ ਨੇ ਬਾਬਾ ਫਰੀਦ ਜੀ ਨੇ ਕੱਢ ਕੇ ਇੱਕ ਆਪਣੀ ਬੋਲੀ ਤੇ ਆਪਣੇ ਲਿਪੀ ਦਿੱਤੀ ਸੀਗੀ ਇਹਦੇ ਬਰਖਿਲਾਫ ਉਹ ਬੋਲਦੇ ਹੈਗੇ ਸਾਡੀ ਆਈਡੈਂਟੀ ਬਿਲਕੁਲ ਖਤਮ ਕਰ ਦੇਣੀ ਸੀਗੀ ਕਿੱਥੇ ਗੁਰੂ ਸਾਹਿਬ ਨੇ ਤੁਹਾਨੂੰ ਦਸਤਾਰ ਸਜਾ ਕੇ ਖੜਾ ਕੀਤਾ ਸੀਗਾ ਤੇ ਕਿੱਥੇ ਸਰ ਭਗਤ ਸਿੰਘ ਕਹਿੰਦੇ ਹੈ ਕਿ ਆਪਣੀ ਚਿੱਠੀਆਂ ਚ ਕਿ ਮੈਨੂੰ ਸਿਗਰਟਾਂ ਦੇ ਪੈਕੇਟ ਜੇਲ੍ਹ ਦੇ ਵਿੱਚ ਭੇਜੋ ਇਹ ਹੁਣ ਆਪਣੇ ਗੁਰੂ ਘਰ ਚ ਕਿਹੋ ਜਿਹੀ ਸੋਚ ਅਸੀਂ ਪਾਲ ਰਹੇ ਹੈਗੇ ਹਾਂ। ਸੋ ਜਿੱਥੇ ਤੱਕ ਸਰ ਭਗਤ ਸਿੰਘ ਦੀ ਗੱਲ ਹੈ ਜੋ ਸਟੇਟ ਸਾਨੂੰ ਬਣਾਉਣਾ ਚਾਹੁੰਦਾ ਹੈ ਉਹ ਸਟੇਟ ਹਾਵੀ ਹੋ ਕੇ ਸਾਡੇ ਉੱਤੇ ਇਸ ਗੱਲ ਦੇ ਉੱਤੇ ਪਿਆ ਹੋਇਆ ਹੈਗਾ ਕਿ ਤੁਸੀਂ ਇਸ ਤਰ੍ਹਾਂ ਦੇ ਨਾਗਰਿਕ ਬਣੋ ਜਿਹੋ ਜਿਹੇ ਭਗਤ ਸਿੰਘ ਜੀ ਸੀਗੇ ਪਰ ਮੈਂ ਕਹਿੰਦਾ ਅਸੀਂ ਰੱਬ ਨੂੰ ਮੰਨੀਏ ਮੈਂ ਕਹਿੰਦਾ ਕਿ ਅਸੀਂ ਸਿਗਰਟਾਂ ਨੂੰ ਨਾ ਹੱਥ ਲਾਈਏ ਮੈਂ ਕਹਿੰਦਾ ਕਿ ਅਸੀਂ ਕਮਿਊਨਿਸਟ ਸਟੇਟ ਦੀਆਂ ਜਿਹੜੀਆਂ ਕੁੜੈਤਾਂ ਹੈਗੀਆਂ ਜਿਹੜਾ ਉਹਨਾਂ ਨੇ ਬੰਦੇ ਮਰਵਾਏ ਆ ਸਾਡਾ ਸੱਭਿਆਚਾਰ ਖਤਮ ਕੀਤਾ ਹੈ ਸਾਨੂੰ ਮਿਥਿਹਾਸ ਕਹਿ ਕੇ ਸਾਨੂੰ ਆਪਣੇ ਇਤਿਹਾਸ ਤੋਂ ਵਾਂਝਾ ਕਰਨ ਦੀ ਸੋਚ ਰੱਖੀ ਹੈਗੀ ਹੈ ਸਗੋਂ ਇੱਕ ਬਰਤਾਨੀਆ ਦੇ ਮਾਰਕਸ ਜਿਹੜਾ ਉੱਥੇ ਆਪਣੇ ਵੋਲਿਊਮ ਲਿਖ ਕੇ ਉਹਦੇ ਅਧੀਨ ਲਾਉਣਾ ਚਾਹੁੰਦਾ ਰਸ਼ੀਆ ਦਾ ਲੈਨ ਦੇ ਥੱਲੇ ਲਾਉਣਾ ਚਾਹੁੰਦਾ ਸਟਾਲਿਨ ਦੇ ਥੱਲੇ ਲਾਉਣਾ ਚਾਹੁੰਦਾ ਹੈਗਾ ਔਰ ਜਿਹੜੀ ਇੱਕ ਅਨਾਰਕਿਸਟ ਸੋਚ ਸਾਡੇ 'ਚ ਪੈਦਾ ਕਰਨਾ ਚਾਹੁੰਦਾ ਹੈ। ਸਾਧ ਸੰਗਤ ਜੀ ਅੱਜ ਪੰਜਾਬ ਦੇ ਮਸਲੇ ਬਹੁਤ ਗੰਭੀਰ ਹੈ ਸਾਡੇ ਉਰੇ ਬਰਗਾੜੀ ਦੇ ਵਿੱਚ ਸਿੱਖਾਂ ਦੇ ਉੱਤੇ ਗੋਲੀਆਂ ਚੱਲੀਆਂ ਔਰ ਉਹਦੇ ਵਿੱਚ ਸੁਮੇਧ ਸੈਣੀ ਤੇ ਉਮਰਾ ਨੰਗਲ ਦਾ ਨਾਮ ਆਉਂਦਾ ਹੈਗਾ
अज जे मैं आप जी नूं प्रेरित करा कि भगत सिंह वांगू जिवें लाला लाजपत राय दा उन्होंने अपना बदला लिता सी गोलियां मार के उन्हों विरोधी नूं खत्म करदा, मैनूं तां टैररिस्ट कहणगे, थोनू भी टेररिस्ट कहणगे। सानू सारिआं नूं इस विचारधारा दे अधीन इंग्लैंड च भी फड़ा लैणगे, इत्थे भी फड़ा देणगे। साडे जमहूरियत हक बिल्कुल भंग होए होए हैं। साडी डेमोक्रेसी SGPC दी जिहड़ी 1925 दे विच वाहिगुरु दा नां लैंदे जाप करदे ननकाणा साहिब नूं आजाद करन वाले सिंह सभा लहर ने उत्थे 200 लाशां वढ के सुट्टी, नरेणू मंत ने साड़ते, उह साडे शहीद हैं, उह सानू समर्पित हैं। ਉਹਨਾਂ ਦੀ ਅਸੀਂ ਰੀਸ ਕਰਕੇ ਔਰ ਇਕੱਠ ਕਰਕੇ ਜਮਹੂਰੀਅਤ ਪਸੰਦ ਅਮਨ ਪਸੰਦ ਤਰੀਕੇ ਨਾਲ ਆਪਾਂ ਗੁਰੂ ਘਰ ਆਪਣੇ ਆਜ਼ਾਦ ਕਰਨੇ ਆ। ਔਰ ਇਹ ਜਮਹੂਰੀਅਤ ਇੰਨੀ ਜ਼ਰੂਰੀ ਹੈ ਕਿ ਸੁਪਰੀਮ ਕੋਰਟ ਆਫ ਇੰਡੀਆ ਵੀ ਕੇਸ਼ਵ ਨੰਦ ਭਾਰਤੀ ਕੇਸ ਦੇ ਵਿੱਚ ਕਹਿੰਦਾ ਹੈ ਕਿ ਡੈਮੋਕ੍ਰੇਸੀ ਇਜ਼ ਦਾ ਬੇਸਿਕ ਸਟਰਕਚਰ ਆਫ ਇੰਡੀਆ ਐਂਡ ਇਲੈਕਸ਼ਨਸ ਆਰ ਦਾ ਬੇਸਿਕ ਸਟਰਕਚਰ ਆਫ ਡੈਮੋਕ੍ਰੇਸੀ। ਕਹਿਣ ਦਾ ਮਤਲਬ ਕਿ ਚੋਣ ਨੀਹਾਂ ਦੀਆਂ ਨੀਹਾਂ। ਅੱਜ ਸਰ ਸਿਮਰਨਜੀਤ ਸਿੰਘ ਮਾਨ 17ਵੀਂ ਪਾਰਲੀਮੈਂਟ 'ਚ ਗਏ ਹੈ, ਪਰ ਸਾਡਾ ਅੱਜ ਜਿਹੜਾ ਹਾਊਸ 1925 'ਚ ਬਣਿਆ ਸੀਗਾ ਉਹ ਸਿਰਫ 8 ਵਾਰੀ ਚੁਣਿਆ ਗਿਆ। ਸਾਡੇ ਇਲੈਕਸ਼ਨ ਭੰਗ ਕੀਤੇ ਗਏ ਹੈ, ਲਿਫਾਫਿਆਂ ਚੋਂ ਇਹੋ ਜਿਹੀ ਸੋਚ ਕੱਢਦੇ ਆ ਜਿਹੜੀ ਸੈਂਟਰ ਨਾਲ ਸਮਰਪਿਤ ਹੈ। ਸਾਡਾ ਸਾਨੂੰ ਆਪਣੇ ਗੁਰੂ ਤੋਂ ਵਾਂਝਾ ਕੀਤਾ ਜਾ ਰਿਹਾ ਹੈਗਾ, ਸਾਨੂੰ ਉਹਦੇ ਨਾਲ ਲੱਗਣ ਨਹੀਂ ਦੇ ਰਹੇ, ਜਿਹੜੇ ਮਾਡਰਨ ਡੈਮੋਕ੍ਰੈਟਿਕ ਮੀਨਸ ਅਪਣਾਉਣ ਨਹੀਂ ਦੇ ਰਹੇ। ਸਾਨੂੰ ਇਹੋ ਜਿਹੀ ਵਿਚਾਰਧਾਰਾ ਜਿਹੜੀ ਰੱਬ ਨੂੰ ਭੰਗਦੀ ਹੈ ਉਹਦੇ ਪਿੱਛੇ, ਨਾਸਤਿਕ ਵਿਚਾਰਧਾਰਾ ਪਿੱਛੇ ਸਾਨੂੰ ਲਾਇਆ ਜਾ ਰਿਹਾ ਹੈਗਾ। ਜਰਾ ਜ਼ਰੂਰ ਇੱਕ ਵਾਰੀ ਇਹ ਸਾਰੀਆਂ ਚੀਜ਼ਾਂ ਦੇਖ ਕੇ ਆਪਣਾ ਮੈਂ ਕਹਿੰਦਾ ਮੁੜ ਵਿਚਾਰ ਕਰੋ, ਜ਼ਰੂਰ ਆਪਣੀ ਸੋਚ ਨੂੰ ਫੇਰ ਤੋਂ ਇਸ ਗੱਲਾਂ ਦੇ ਉੱਤੇ ਮੈਨੂੰ ਕੋਈ ਸਮਝਾਉਣ ਦਾ ਯਤਨ ਕਰੋ। ਐਵੇਂ ਕਹਿ ਦੇਣਾ ਕਿ ਬੇਮਤਲਬ ਕੋਈ ਕੁਛ ਕਹਿ ਰਿਹਾ, ਇਹ ਗੱਲ ਸੱਚੀ ਨਹੀਂ ਹੈ। ਉਹਨਾਂ ਦੇ ਆਪ ਦੇ ਲਫ਼ਜ਼ਾਂ ਅਧੀਨ ਜਿਹੜੀ ਗੁਰਸਿੱਖੀ ਤੋਂ ਹਟਾਇਆ ਜਾ ਰਿਹਾ, ਜਿਹੜੇ ਗੁਰੂ ਸਾਹਿਬ ਤੋਂ ਹਟਾਇਆ ਜਾ ਰਿਹਾ ਹੈਗਾ, ਉਹਦੇ ਅਧੀਨ ਮੈਂ ਇਹ ਅਪੀਲ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।